ਸੋਹਣੇ ਦੀ ਟੀਮ ਹੈ ਔਰ ਦੂਸਰੇ ਪਾਸੇ ਚੰਦਨਾ ਦੀ ਡੀਕੇਵੀ ਜਿੱਥੇ ਦਾ ਖੇਡ ਦਾ ਬਹੁਤ ਵਧੀਆ ਖਿਡਾਰੀ ਹੈ ਅੱਗੇ ਸਾਹ ਤੋਂ ਵੀ ਲੈ ਜਾਈਏ ਉਹ ਮੁੰਡਾ ਲੰਮਾ ਜਿਹਾ ਉਹ ਤੋਂ ਵੀ ਲੈ ਜਾਈਏ ਆਹ ਪੈਸੇ ਦੇ 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 ਓਕੇ ਥੈਂਕ ਯੂ ਧੰਨਵਾਦ ਬਾਈ ਕਾਕਾ ਸਰਾ ਦੀ ਗੱਪ ਕੇ ਇਸ ਮੁੰਡੇ ਨੂੰ ਮੋਟਰਸਾਈਕਲ ਦਿੱਤਾ ਜਾਣਾ ਹੈ ਇੱਥੇ ਲੱਖੇ ਉਹਨਾਂ ਦੀ ਗੱਲ ਹੁੰਦੀ ਹੈ ਭਗਤ ਬਾਬਾ ਦੋਵੀ ਚੰਦ ਸ਼੍ਰੋਮਣੀ ਭਗਤ ਇਹਦੇ ਮਹੀਆਂ ਬੜਾ ਕਲਾਂ ਦੇ ਵਿੱਚ ਵੀ ਕਬੱਡੀ ਦਾ ਵੱਡਾ ਮਹਾਤਮ ਹੁੰਦਾ ਇੱਕ ਪਾਸੇ ਡਿੱਕ ਹੈ ਦੂਸਰੇ ਪਾਸੇ ਰਾਜੂ ਮੇਰੇ ਵੀਰੇ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਹਿਲੀ ਸੰਤੇ ਪਹਿਲਾ ਜੱਫਾ ਲਾਉਣ ਦੀ ਤਿਆਰੀ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਪੁਆਇੰਟ ਜਾਫੀ ਦਾ ਨੰਬਰ ਚੰਦਨਾ ਦਾ ਤੇ ਅਗਲੀ ਕਬੱਡੀ ਦੇਖਾਂਗੇ ਇਸ ਕਰਕੇ ਸਾਹਮਣੇ ਗੱਭਰੂ ਦੀ ਪਾਈ ਹੋਈ ਚੰਦਰਕ ਪੋਤਰੀ ਪਿੰਡ ਹੈ ਇਸ ਨੌਜਵਾਨ ਦਾ ਬਿਲਕੁਲ ਕਹਿੰਦੇ ਵੀ ਗਾਲਬ ਦੇ ਲਾਗੇ ਮੱਸੇ ਪਿੰਡਾਂ ਦੀ ਗੱਲ ਕਰਾਂਗੇ ਪਰ ਸਾਹਮਣੇ ਜਿੱਥੇ ਦੇ ਦਰਸ਼ੀ ਨੇ ਤਕੜੀ ਕਬੱਡੀ ਖੇਡੀ ਹੈ ਜਿਹਦਾ ਲਾਲ ਸਿੰਘ ਲਾਲੇ ਨੇ ਸਾਰੀ ਦੁਨੀਆ ਮਨਾਈ ਹੈ ਤੇ ਇੱਕ ਪਾਸੇ ਬਲਕਰਨ ਸ਼ੂਸ਼ਕ ਪਿੰਡ ਦੀ ਧਰਤੀ ਦਾ ਪਰ ਸਾਹਮਣੇ ਲਾਲ ਸਿੰਘ ਦਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਗਰਾਊਂਡ ਖਾਲੀ ਨਾ ਹੋ ਜਾਵੇ ਬਰਾੜ ਸਾਹਿਬ ਕਲਸੀ ਸਾਹਿਬ ਅਗਲੀਆਂ ਟਾਈਆਂ ਬਾਰੇ ਜਲਦੀ ਦੱਸਿਆ ਜਾਵੇ ਗੱਲ ਕਰਦੀ ਮਤਲਬ ਇਸ ਮੁੰਡੇ ਖੇਡ ਮੈਦਾਨ ਦੇ ਵਿੱਚ ਘੰਟੇ ਦੀ ਕਸੇ ਵਾਲੀ ਜਨਤਾ ਕਬੱਡੀ ਪਾਉਂਦਾ ਤੇ ਗੁਰਚਰਨ ਸਿੰਘ ਆਪਾਂ ਰਾਵ ਦੀ ਨਾਲ ਜਿਹੜੇ ਦਾਨੀ ਸੱਜਣ ਹੈ ਉਹਨਾਂ ਨੂੰ ਵੀ ਆਪਾਂ ਜਿਹੜਾ ਮਾਨ ਸਨਮਾਨ ਕਰਾਂਗੇ ਰਾਵ ਦੀ ਨਾਲ ਜਿਹਨਾਂ ਨੇ ਸਾਨੂੰ ਮੈਚ ਸਰਵਾ ਭੇਜੀ ਹੈ ਬਿਲਕੁਲ ਵਿਸ਼ੇਸ਼ ਸਨਮਾਨ ਗੁਰਕੀਰਤ ਸਿੰਘ ਜੀ ਸੋਨਾ ਸਾਡਾ ਵੀਰ ਕਹਿੰਦਾ ਵੀ ਕੁਝ ਆਪਾਂ ਇਹ ਵੀ ਰੁਝੇਵੇ ਆਪਣੇ ਕੋਲ ਇਹਨਾਂ ਨੂੰ ਲਾਗੇ ਲੈ ਚੱਲੀਏ ਪੰਜ ਪੰਜ ਸੱਤ ਸੱਤ ਕਰਕੇ ਆਪਾਂ ਦਾਨੀ ਸੱਜਣਾ ਤੋਂ ਅਗਲੇ ਸਾਲ ਦੇ ਲਈ ਫਿਰ ਅਨੇਕਾਂ ਰੁਪਈਆ ਲੈ ਕੇ ਆਪਾਂ ਕਬੱਡੀ ਕੱਪ ਕਰਾਉਣਾ ਇਸ ਲਈ ਉਹਨਾਂ ਦਾ ਵੀ ਆਪਾਂ ਮਾਣ ਕਰਾਂਗੇ ਨਾ ਇੱਕ ਪਾਸੇ ਕੋਹੜਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੁਰਾਣੇ ਪਿੰਡ ਦਾ ਲਾਲ ਜੱਫਾ ਹਾਂਜੀ ਸਾਡੇ ਮੁੱਖ ਮਹਿਮਾਨ ਜਗਿੰਦਰ ਸਿੰਘ ਜੀ ਜਿੱਦੂ ਐਮ ਐਲ ਏ ਹਲਕਾ ਫਿਰੋਜ਼ਪੁਰ ਜਾਟੀ ਛਾਉਣੀ ਉਹ ਸਾਡੇ ਦਰਬਾਰ ਪਹੁੰਚ ਚੁੱਕੇ ਆ ਜੀ ਆਇਆਂ ਨੂੰ ਨਾ ਸੁਰੇਸ਼ ਸਿੰਘ ਜੀ ਪ੍ਰਿੰਸੀਪਲ ਜੀ ਬਦੇਵ ਸਿੰਘ ਜੀ ਕਲਸੀ ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਇਸ ਇਲਾਕੇ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਦੇ ਖੰਭ ਦੇ ਵਜੋਂ ਜਾਣੇ ਜਾਂਦੇ ਸਰਦਾਰ ਜੋਗਿੰਦਰ ਸਿੰਘ ਜੀ ਐਮ ਐਲ ਏ ਸਾਹਿਬ ਨਾਲ ਮਕਾਨ ਸਿੰਘ ਜੀ ਬਲਾਕ ਸਮਿਤੀ ਮੈਂਬਰ ਕਮੇਟੀ ਸੁਖਪਾਲ ਸਿੰਘ ਜੀ ਤਸੇਮ ਸਿੰਘ ਜੀ ਮੱਲਾ ਰਮੇਸ਼ ਕੁਮਾਰ ਜੀ ਐਮ ਸੀ ਬਹੁਤ ਬਹੁਤ ਜੀ ਆਇਆਂ ਨੂੰ ਧੰਨਵਾਦ ਇਹਨਾਂ ਦਾ ਸਾਰਿਆਂ ਦਾ ਇੱਥੇ ਪੁੱਛ ਤੇ ਜੀ ਆਖਦੇ ਹਾਂ ਮੇਰੀ ਬੇਨਤੀ ਆ ਵੀ ਜਿਹੜੇ ਆ ਕੁਰਸੀਆਂ ਲੱਗੀਆਂ ਹੋਈਆਂ ਸਾਈਡ ਉੱਤੇ ਜਿਹੜੀਆਂ ਸਟੇਜ ਉੱਤੇ ਅਗਲੀਆਂ ਪਹਿਲੀ ਲਾਈਨ ਆ ਜਿਹੜੀ ਉਹ ਕਿਰਪਾ ਕਰਕੇ ਆਪਾਂ ਖਾਲੀ ਕਰ ਦਈਏ ਸਾਰੇ ਵੀਰ ਜਿਹੜੇ ਆ ਰਹੇ ਆ ਰਹੇ ਬੇਨਤੀ ਹੈ ਕਿ ਅੱਜ ਦੇ ਮੁੱਖ ਮਹਿਮਾਨ ਸਰਦਾਰ ਜਗਿੰਦਰ ਸਿੰਘ ਜੀ ਜਿੰਦੂ ਫਿਰੋਜ਼ਪੁਰ ਮੰਦਰ ਜੀ ਜਿਸ ਤੋਂ ਅਗਲੇ ਮੈਚ ਬਾਰੇ ਦੱਸਿਆ ਜਾਵੇ ਪਹਿਲੇ ਆਪਾਂ ਨੂੰ ਕਿਉਂਕਿ ਗਰਾਊਂਡ ਖਾਲੀ ਹੋ ਜਾਣਾ ਫਿਰ ਗੱਲ ਨਹੀਂ ਬਣਨੀ ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ ਜੀ ਮਾੜਾ ਉੱਪਰ ਜਾ ਕੇ ਕੁਰਸੀਆਂ ਕਰਸੀਆਂ ਦੇਖ ਲਓ ਤੇ ਬੰਦੇ ਚੜਵਾ ਦਿਓ ਇੱਕ ਪਾਸੇ ਗੇਕਾ ਚੰਦਰ ਪਿੰਡ ਦੀ ਧਰਤੀ ਦਾ ਕੱਲੀ ਪਾ ਦੇਵੇ ਕੱਲੀ ਵਾਲਾ ਵੀਰ ਤੇ ਬਰਾੜ ਸਾਹਿਬ ਜੀ ਇੱਕ ਮੈਚ ਅਨਾਊਂਸ ਕਰ ਦਿਓ ਆਪਣੇ ਵੱਲੋਂ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਠੀਕ ਹੈ ਜੀ ਧੰਨਵਾਦ ਰਜੇਵੇ ਮੈਨੂੰ ਪਤਾ ਬਹੁਤ ਨੇ ਤੁਹਾਡੇ ਤਾਈਆਂ ਪਾਈਆਂ ਜਾ ਰਹੀਆਂ
ਨਾਲ ਅਸੀਂ ਦਾਨੀ ਸੱਜਣਾ ਦਾ ਵੀ ਧੰਨਵਾਦ ਕਰਾਂਗੇ ਉਹਨਾਂ ਨੂੰ ਆਪਾਂ ਜਿਹੜਾ ਜਿਹਨਾਂ ਵੀਰਾਂ ਨੇ ਸਾਨੂੰ ਔਰ ਨਾਲ ਹੀ ਅਸੀਂ ਧੰਨਵਾਦ ਕਰਾਂਗੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਜਗਿੰਦਰ ਸਿੰਘ ਜੀ ਜਿੰਦੂ ਧਿਆਲੀ ਦਾ ਫਿਰੋਜ਼ਪੁਰ MLA ਸਾਹਿਬ ਉਹਨਾਂ ਦੇ ਨਾਲ ਮੁਕੰਦ ਸਿੰਘ ਜੀ ਸਤਪਾਲ ਸਿੰਘ ਜੀ ਜਿੰਨੀਆਂ ਵੀ ਮਹਾਨ ਜੋ ਸ਼ਖਸੀਅਤ ਪਹੁੰਚੀਆਂ ਸਾਰਿਆਂ ਦਾ ਇੱਥੇ ਆਉਣ ਤੇ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਜੀਆਂ ਨੂੰ ਆਖਦੇ ਹੈ ਜਿੰਨੀਆਂ ਵੀ ਉਹਨਾਂ ਦੇ ਨਾਲ ਸ਼ਖਸੀਅਤਾਂ ਪਹੁੰਚੀਆਂ ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਕੀਤਾ ਜਾਂਦਾ ਹਾਂਜੀ ਮੈਂ ਬੇਨਤੀ ਕਰਾਂ ਰਣਜੀਤ ਸਿੰਘ ਜੀ ਖੋਸਾ ਇਹਨਾਂ ਨੇ ਸਾਨੂੰ 2500 ਰੁਪਏ ਦੇ ਮਾਣ ਦਿੱਤੇ ਆ ਜਗਤਾਰਨ ਸਾਹਿਬ ਪਾਈਆਂ ਲਾ ਰਹੇ ਆ ਇੱਕ ਮੈਂ ਬੋਲਦੇ ਸਿਰਫ ਮੈਂ ਐ ਨੀ ਕਹਿੰਦਾ ਮੈਂ ਕਹਿੰਦਾ ਵੀ ਗਰਾਊਂਡ ਆਪਣਾ ਖਾਲੀ ਨਾ ਹੋ ਜਾਵੇ ਕਿਉਂਕਿ ਆਪਣੀ ਜ਼ਿੰਮੇਵਾਰੀ ਹੈ ਵੀ ਆਪਾਂ ਸਮੇਂ ਦੇ ਵਿੱਚ ਰਹਿ ਕੇ ਮੈਚ ਦਰਸ਼ਕ ਵੀਰਾਂ ਤੇ ਨਜ਼ਰ ਕਰ ਸਕੀਏ ਸਾਡੇ ਚੀਫ ਗੈਸਟ ਪੁੱਜੇ ਹੋਏ ਨੇ ਉਹਨਾਂ ਦਾ ਆਪਾਂ ਵਿਸ਼ੇਸ਼ ਧੰਨਵਾਦ ਵੈਲਕਮ ਕਰ ਰਹੇ ਹਾਂ ਬਾਬਾ ਹਰੀ ਦਾ ਸਪੋਰਟਸ ਦਾ ਵੱਲੋਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਵੀਰ ਨਾਲ ਸਭ ਨੇ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ ਦਰਸ਼ਕ ਪੱਬਾਂ ਭਾਰ ਹੋਏ ਬੈਠੇ ਹੈ ਕਿਉਂਕਿ ਜੰਗੀ ਵਾਲੇ ਦਾ ਗੁਰਪ੍ਰੀਤ ਵੀ ਪੁੱਜਿਆ ਹੋਇਆ ਤੁਹਾਨੂੰ ਪਤਾ ਉਸ ਰਾਜਨਾਮ ਦੀ ਖੇਡ ਦੇ ਲੋਕ ਦੀਵਾਨੇ ਹੈ ਤੇ ਦੂਸਰੇ ਪਾਸੇ ਪੜਾਣੇ ਦੇ ਜਗਮੀਰ ਦੀ ਖੇਡ ਦੁਨੀਆਂ ਨੂੰ ਪਸੰਦ ਹੈਗੀ ਹੈ ਇੱਕ ਪਾਸੇ ਮਾਲੇ ਦਾ ਪਾਲ ਤੇ ਛੱਬੇ ਹੋਣੇ ਪੁੱਜੇ ਹੈ ਫਿਰ ਮੈਚ ਦਰਸ਼ਕ ਦੇਖ ਕੇ ਰਹਿਣਗੇ ਭਾਵੇਂ ਜਿੰਨਾ ਮਰਜ਼ੀ ਦੇ ਰਹਿਣਗੇ ਇਹ ਦਰਸ਼ਕਾਂ ਦੀ ਪਸੰਦ ਹੈ ਕੱਸੇ ਵਾਲੇ ਦੀ ਟੀਮ ਜੇਤੂ ਆ ਜੀ ਨੋਟ ਕਰ ਲਓ ਕੱਸੇ ਵਾਲੇ ਦੀ ਟੀਮ ਜੇਤੂ ਹੈ ਪਾਲਵਾਨ ਸੁਦਾਗਰ ਸਿੰਘ ਕਲੱਬ ਕੱਸੇ ਵਾਲਾ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਗੁਰਦੀਪ ਸਿੰਘ ਜੀ ਚੌਂਕੀ ਇੰਚਾਰਜ ਹੋ ਚੁੱਕੇ ਆਪਾਂ ਧੰਨਵਾਦ ਕਰਦੇ ਹਾਂ ਗੁਰਬਖਸ਼ ਸਿੰਘ ਜੀ ਕੱਸੋਵਾਲਾ ਵਿਸ਼ੇਸ਼ ਤੌਰ ਤੇ 500 ਰੁਪਇਆ ਕੱਸੋਵਾਲੇ ਦੀ ਟੀਮ ਦੇ ਲਈ ਲਿਸਟ ਭੇਜੋ ਜੀ ਗਰਾਊਂਡ ਦੇ ਵਿੱਚ ਜੰਗੀਆਰਾ ਤੇ ਤਲਵੰਡੀ ਭਾਈ ਰਾਜੇ ਕਿਉਂਕਿ ਹਨੇਰਾ ਹੋ ਜੇ ਪਹਿਲਾਂ ਤੁਹਾਡਾ ਮੈਚ ਆਪਾਂ ਕਰਾ ਦਈਏ ਖੇਡ ਮੈਦਾਨ ਦੇ ਵਿੱਚ ਨਹੀਂ ਜੀ ਨਹੀਂ ਗੁਰਚਰਨ ਜੀ ਨਹੀਂ ਜੀ ਠੀਕ ਆ ਜੀ ਇਹ ਜਿਹੜਾ ਪਹਿਲਾ ਮੈਚ ਉਹੀ ਖੇਡਿਆ ਜਾਣਾ ਕੱਸੋਵਾਲੇ ਦੀਆਂ ਦੋ ਟੀਮਾਂ ਇੱਕ ਜਿਹੜੀ ਸੁਦਾਗਰ ਪਹਿਲਵਾਨ ਕਲੱਬ ਕੱਸੋਵਾਲੇ ਦਾ ਹੈਲੋ ਆ ਯਾਰ 10-10 ਰੇਟਾ ਕਰਦੀ ਜਿਹੜੀ ਤਲਵੰਡੀ ਦਾ ਉਹ 15-15 ਕਰਦੀ ਠੀਕ ਹੈ ਕੋਈ ਗੱਲ ਬਾਈ ਨਹੀਂ ਰੇਟਾ ਆਪਾਂ ਇੰਨਾ ਉਸ ਤੇ ਲਾਈਆਂ ਖਰਚਾ ਇੰਨਾ ਉਸ ਤੇ ਕੀਤਾ ਲਾਈਟਾਂ ਦਾ ਟਰੈਕਟਰ ਦਾ ਲੋਡ ਇੱਥੇ ਦੇ ਪੈਣਾ ਸਾਰਾ ਆ ਜਿੰਨਾ ਤੇਲ ਮੱਚ ਗਿਆ ਆਪਾਂ ਅਗਲੇ ਮੈਚ ਹੀ ਪੂਰਾ ਕਰ ਲੈਣਾ ਹਾਂ ਇਹ ਕਰ ਦੇਗਾ ਪੂਰਾ ਫਿਰ ਦੋਨੋਂ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣ ਲਾਈਟਾਂ ਥੋੜੀਆਂ ਲੱਗੀਆਂ ਕਾਰਿਆ ਕੁਝ ਹੋਰ ਲਾਈਟਾਂ ਲੱਗਦੀਆਂ ਜਾਣ ਕਿਉਂਕਿ ਹਨੇਰਾ ਹੋ ਜਾਂਦਾ ਤੇ ਫਿਰ ਰੈਫਰੀਆਂ ਤੇ ਭਾਰੀ ਵੱਧ ਜਾਂਦੀ ਹੈ ਆਪਾਂ ਤੇ ਸਾਈਡ ਤੇ ਉਹਨੇ ਹੈ ਫੈਸਲੇ ਕਰਨੇ ਬਹੁਤ ਮੁਸ਼ਕਿਲ ਹੋ ਜਾਂਦੇ ਹੈ ਹੈਲੋ ਕਾਲੇ ਨੂੰ ਮੇਰੀ ਬੇਨਤੀ ਆ ਵੀ ਲਾਈਟਾਂ ਚੈੱਕ ਕਰ ਲੈ ਨਾਲੇ ਹੋਰ ਲਾ ਲੈ ਪਹਿਲਾਂ ਚੈੱਕ ਕਰ ਲਾ ਇਹ ਨਾ ਹੋਵੇ ਰਾਤ ਨੂੰ ਕਦੇ ਉਧਰੋਂ ਮੈਚ ਹੁੰਦੇ ਹੋਣ ਤੇ ਉਧਰੋਂ ਕਈ ਵਾਰੀ ਚੱਲਦੀਆਂ ਨੀ ਲਾਈਟਾਂ ਜੀ ਇਹਨਾਂ ਟੀਮਾਂ ਨੂੰ ਬੇਨਤੀ ਆ ਵੀ ਇੱਕ ਮਿੰਟ ਦੇ ਵਿੱਚ ਵਿੱਚ ਆ ਜਾਣ ਠੀਕ ਆ ਜੀ
ਦੋਨੋਂ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ। ਨੌਜਵਾਨ ਬੋਲਿਆ ਇਹਨੇ ਵੀ ਛਾਲਾਂ ਲਾਉਣੀਆਂ ਸਟੰਟ ਕਰਨੇ, ਆਪਾਂ ਧੰਨਵਾਦ ਕਰਾਂਗੇ। ਜਲਦੀ ਖੇਡ ਮੈਦਾਨ ਦੇ ਵਿੱਚ ਮੰਦਰਾ ਇੱਕ ਵਾਰੀ ਲਿਸਟ ਲੈ ਕੇ ਗਰਾਊਂਡ ਦੇ ਵਿੱਚ ਆ ਜਾ ਭਰਵਾਨਾ, ਆਪਾਂ ਸਾਰੀਆਂ ਟੀਮਾਂ ਨੂੰ ਕਵਰ ਕਰ ਲਈਏ ਕਿਉਂਕਿ ਮੈਚ ਬਹੁਤ ਤਕੜੇ ਆ। ਦਰਸ਼ਕ ਵਿਚਾਰੇ ਬੜੇ ਪਿਆਰ ਦੇ ਨਾਲ ਆਏ ਹੈ, ਆਪਾਂ ਇਕੱਲੀ ਇਕੱਲੀ ਕਬੱਡੀ ਦਰਸ਼ਕ ਵੀਰਾਂ ਦੇ ਹੱਕ ਦੇ ਵਿੱਚ ਦੱਸਣੀ ਹੈ। ਸੋ ਜਲਦੀ ਟੀਮਾਂ ਸਮੇਂ ਨੂੰ ਮੁੱਖ ਰੱਖ ਕੇ ਗਰਾਊਂਡ ਦੇ ਵਿੱਚ ਆ ਜਾਣ। ਪਹਿਲਵਾਨ ਸੁਦਾਗਰ ਸਿੰਘ ਕਲੱਬ ਲੱਸੋਹਾਣਾ ਜਲਦੀ ਜਲਦੀ ਆਜੋ ਦੋਨੋਂ ਟੀਮਾਂ ਖੇਡ ਮੈਦਾਨ ਦੇ ਵਿੱਚ। ਬਰਾੜ ਬਿਜਲੀ ਬੋਰਡ ਵਾਲੇ ਉਹ ਵੀ ਵੱਡਾ ਮਾਣ ਪੰਜਾਬੀ ਦਾ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ, ਧੰਨਵਾਦ ਕਰਾਂਗੇ। ਨਾਲ ਸਰਜੀ ਸਰਬਿੰਦ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਸਾਰਾ ਪਿਆਰ ਪੁੱਜਿਆ। ਸੋ ਦੋਨੋਂ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ। ਸਰਦਾਰ ਜੋਗਿੰਦਰ ਸਿੰਘ ਜੀ ਜਿੰਦੂ ਹਲਕਾ MLA ਫਿਰੋਜ਼ਪੁਰ, ਉਹਨਾਂ ਨੂੰ ਮੇਰੀ ਬੇਨਤੀ ਆ ਵੀ ਪਤਾ ਹੁੰਦਾ ਵੀ MLA ਨੂੰ ਕਿੰਨੇ ਘਰੇਵੇ ਹੁੰਦੇ ਆ, ਇਹ ਸਾਰਿਆਂ ਨੂੰ ਪਤਾ। ਪਰ ਜਿਹੜਾ ਅਗਲਾ ਮੈਚ ਦੇਖਣ ਵਾਲਾ ਇੰਟਰੋਡਕਸ਼ਨ ਵੀ ਆਪਾਂ ਤੁਹਾਡੀ ਉਸ ਮੈਚ ਨਾਲ ਕਰਾਵਾਂਗੇ, ਔਰ ਮੈਚ ਵੀ ਜਿਹੜਾ ਤੁਸੀਂ ਦੇਖ ਕੇ ਜਾਣਾ, ਮੇਰੀ ਬੇਨਤੀ ਆ ਹੱਥ ਮੰਨ ਕੇ ਸਾਰੇ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਵੀ ਤੁਸੀਂ ਮੈਚ ਵੀ ਜਿਹੜਾ ਉਹ ਦੇਖ ਕੇ ਜਾਣਾ, ਇਹ ਸਾਡੀ ਬੇਨਤੀ ਜਿਹੜੀ ਸਵੀਕਾਰ ਕਰਿਓ। ਮੈਚ ਜਿਹੜਾ ਅਗਰ ਚੜ੍ਹਦੀ ਸ਼ੁਰੂ ਕਰ ਦਿੱਤਾ ਜਾਵੇ ਪੰਦਰਾਂ ਜਾਂ ਸਰੀਰ ਆ। ਇੱਕ ਮਿੰਟ ਜੀ, ਜਲਦੀ ਤੋਂ ਜਲਦੀ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣ। ਪਹਿਲਾ ਮੈਚ ਖੇਡ ਮੈਦਾਨ ਦੇ ਵਿੱਚ ਤੀਸਰੇ ਰਾਊਂਡ ਦਾ। ਕਾਂਤਾ ਜੀ, ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੈ ਜਿਹਨਾਂ ਨੇ ਇੰਨਾ ਵੱਡਾ ਮਾਨ ਸਨਮਾਨ ਕਰਨਾ, ਨਾਲ ਆਤਿਸ਼ਬਾਜ਼ੀ ਕਰਨੀ ਹੈ, ਨਾਲ ਇਹਨਾਂ ਨੂੰ ਗੋਲਡ ਦੇ ਕੇ ਸਨਮਾਨ ਕਰਨਾ। ਪੰਮਾ ਜੀ ਕਲੇਜੋ ਵਾਲੇ ਲਾਲਾ ਤਾਂ ਜੋ ਸਾਡਾ ਵੀਰ ਸਿਆਣ ਨਹੀਂ ਆਉਂਦਾ, ਤੁਰਲੇ ਵਾਲੀ ਪੱਗ ਬੰਨੀ ਫਿਰਦਾ। ਹਾਂਜੀ ਕਾਕਾ ਜੀ, ਪੰਮਾ ਜੀ ਉਹਨਾਂ ਨੂੰ ਪਹਿਲਾਂ ਥੱਲੇ ਕੁਰਸੀਆਂ ਮਿਲੀਆਂ ਕਰਾ ਕੇ ਬਾਹੂ ਬਾਈ ਉਹਨਾਂ ਨੂੰ ਵੀ ਇੱਥੇ ਠੀਕ ਆ। ਮੈਚ ਸ਼ੁਰੂ ਕਰ ਦਿੱਤਾ ਜਾਵੇ ਖੇਡ ਮੈਦਾਨ ਦੇ ਵਿੱਚ। ਹੈਲੋ ਵੇਟਰਾਂ ਨੂੰ ਬੇਨਤੀ ਆ ਵੀ ਕੁਰਸੀਆਂ ਪਿੱਛੇ ਲੈ ਕੇ ਆਓ ਅੱਗੇ। ਅਬਾਈ ਰੇਲ ਦਾ ਆਪਾਂ ਨਜ਼ਾਰਾ ਤੱਕਾਂਗੇ, ਦੌਲੇ ਵਾਲੀ ਆ ਕਾਰੂ, ਪਹਿਲੀ ਰੇਲ ਮੈਦਾਨ ਦੇ ਪਾਉਣ ਦੇ ਲਈ ਤਿਆਰੀ ਵੱਟ ਚੁੱਕਾ ਹੈ। ਤਲਵੰਡੀ ਭਾਈ ਦਾ ਗਰਾਊਂਡ ਹੈ, ਬਾਵੇ ਦਾ ਸਾਊਂਡ ਹੈ, ਔਰ ਮੈਚ ਅੱਜ ਤਲਵੰਡੀ ਭਾਈ ਨਗਰ ਦੇ ਵਿੱਚ ਵਧੀਆ ਰੌਣਕਾਂ ਲੱਗੀਆਂ ਹੋਈਆਂ। ਪਹਿਲੀ ਰੇਲ ਦੌਲੇ ਵਾਲੀ ਆ ਕਾਰੂ ਨੰਬਰ ਜਿਹੜਾ ਹੋਸੇ TDT ਉਹਦੇ ਹਿੱਸੇ ਜੋੜਦਾ ਹੋਇਆ। ਅਗਲੀ ਜਿਹੜੀ ਰੇਡ ਹੈ ਕਹਿੰਦੇ ਵੀ ਪਿੰਡਾਂ ਬਰੀਵਾਲਾ ਦੁਨੀਆਂ ਦਾ ਪ੍ਰਸਿੱਧ ਖਿਡਾਰੀ ਮੰਨਿਆ ਗਿਆ, ਔਰ ਆਹ ਜਿਹੜਾ ਪਿੰਡਾ ਇਸ ਸਮੇਂ ਕਬੱਡੀ ਮੈਦਾਨ ਦੇ ਵਿੱਚ ਖਿਡਾਰ ਦਿੱਤੀਆਂ ਬਾਹਾਂ
ਅਗਲੀ ਗੱਲ ਇਧਰਲੇ ਪਾਸੇ ਆਪਾਂ ਦੇਖਾਂਗੇ ਕਿ ਮੈਦਾਨ ਦੇ ਵਿੱਚ ਸਿੱਧਾ ਇੱਕ ਕੰਨੀ ਤੇ ਘੂਹੀਆਂ ਮਾਰਦਾ, ਇੱਕ ਕੰਨੀ ਦੇ ਗੱਭਰੂ ਲਾਟੀ ਲੱਗਾ ਹੋਇਆ ਬੋੜੇ ਵੜ ਗਏ ਹੈ। ਔਰ ਨੰਬਰ ਜਿਹੜਾ ਇਹ ਪਿੰਡੇ ਦਾ ਕਬੱਡੀ ਸੰਧੂ ਪਰਿਵਾਰ ਦੇ ਅਮਰ ਦੀ ਪੈਣ ਜਾ ਰਹੀ ਹੈ। ਉੱਧਰ ਕਹਿੰਦੇ ਪੰਜਾਬ ਲਾਈਵ ਨੰਬਰ 1.com ਵਾਲੇ ਜਰੀਏ ਪੂਰੀ ਦੁਨੀਆ ਤਲਵੰਡੀ ਭਾਈ ਦੇ ਕਬੱਡੀ ਕੱਪ ਦੇ ਨਾਲ ਜੁੜੀ ਬੈਠੀ ਹੈ। ਔਰ ਕਬੱਡੀ ਜਿਹੜੀ ਅਮਨ ਸੰਧੂ ਦੀ ਪੈਣ ਲੱਗੀ ਹੈ। ਗੱਲ ਕਰੇਗਾ ਮੇਰਾ ਸਾਥੀ ਕਮੈਂਟੇਟਰ ਗੁਰਚਰਨ ਸਿੰਘ। ਮੈਂ ਬੇਨਤੀ ਕਰਾਂ ਅਗਲੇ ਮੁਕਾਬਲੇ ਦੇ ਲਈ ਜਲਦੀ ਤੋਂ ਜਲਦੀ ਜੈਂਦੀ ਵਾਲਾ ਵਰਸੇ ਤਲਵੰਡੀ ਭਾਈ ਖੇਡ ਮੈਦਾਨ ਦੇ ਵਿੱਚ ਆ ਜਾਣ। ਲਓ ਸਾਹਮਣੇ ਅਮਨ ਸੰਧੂ ਦੀ ਪਾਈ ਹੋਈ ਕਬੱਡੀ, ਔਰ ਦੂਸਰੇ ਪਾਸੇ ਸਾਡੇ ਵੀਰ ਪਰਮਜੀਤ ਸਿੰਘ ਜੀ ਪੰਮਾ ਸੰਧੂ ਸਾਹਿਬ ਕੈਨੇਡਾ ਦੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੀ ਸ਼ਖਸੀਅਤ ਹੈ, ਜਿਨ੍ਹਾਂ ਨੇ ਅੱਜ ਇਸ ਮਹਾਨ ਕਬੱਡੀ ਦੇ ਖਿਡਾਰੀ ਨੂੰ ਜਿਸ ਗੱਭਰੂ ਦਾ ਕਦਵੀ ਖੇਡ ਦਾ ਜਾਦੂ ਪੂਰੀ ਦੁਨੀਆਂ ਦੇ ਵਿੱਚ ਚੱਲਿਆ, ਔਰ ਸਰਦਾਰ ਲਾਲ ਸਿੰਘ ਜੀ ਲਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਿਹਨਾਂ ਨੂੰ ਮੇਰੇ ਵੀ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਗੁਰਜ ਦੇ ਨਾਲ ਵੱਖਰੇ ਪਹਿਰਾਵੇ ਦੇ ਵਿੱਚ ਭੇਜੇ ਹੋਏ ਲਾਲ ਸਿੰਘ ਜੀ ਲਾਲਾ ਤੇ ਦੂਸਰੇ ਪਾਸੇ ਪਰਮਜੀਤ ਸਿੰਘ ਜੀ ਪੰਮਾ ਸੰਧ ਮੇਰੇ ਵੀ ਬਹੁਤ ਪਿਆਰੀ ਸ਼ਖਸੀਅਤ ਹੈ। ਕੈਨੇਡਾ ਇੱਕ ਵੱਡਾ ਫਲਾਂਡਰ ਸਾਹਿਬ ਜੀ 2 ਮਿੰਟ ਦਾ ਟਾਈਮ ਦੇ ਇੱਕ ਜਿਹੜਾ ਇਸ ਮੈਚ ਦੇ ਵਿੱਚ ਚੱਲਦਾ ਲਗਾਤਾਰ 3 ਜੱਫੇ ਲਾਊਗਾ ਇੱਕ ਪਾਸੇ ਦਾ, ਉਹਨੂੰ ਪੰਮਾ ਜੀ ਵੱਲੋਂ 1100 ਰੁਪਏ ਦਾ ਸਪੈਸ਼ਲ ਨਾਮ ਦਿੱਤਾ ਜਾਊਗਾ। ਪਰਮਜੀਤ ਸਿੰਘ ਜੀ ਪੰਮਾ ਕਹਿੰਦੇ ਵੀ 1100 ਰੁਪਇਆ ਠੀਕ ਹੈ ਜੀ ਵਿਰਾਟ ਸਾਹਿਬ, ਔਰ ਲਗਾਤਾਰ 3 ਜੱਫੇ ਲਾਉਣ ਵਾਲੇ ਦੇ ਲਈ ਚਲੋ ਹਾਂਜੀ ਬੋਲੋ ਫਿਰ ਆਹ ਚਾਂਦੀ ਦੀ 1 ਮਿੰਟ ਟਾਈਮ ਦੇ ਦਿਓ ਠੀਕ ਹੈ ਜੀ। ਸਾਡੇ ਬਹੁਤ ਹੀ ਸਤਿਕਾਰਯੋ ਹਲਕਾ ਫਿਰੋਜ਼ਪੁਰ ਸ਼ਾਮੀ ਧਰਤੀ ਦੇ ਜਗਿੰਦਰ ਸਿੰਘ ਜੀ ਦੇਖੋ ਜੋ ਕਿ ਇੱਥੇ ਸਾਡੇ ਕੋਲ ਪਹੁੰਚੇ ਆ, ਅਸੀਂ ਉਹਨਾਂ ਨੂੰ ਬਸ ਬਹੁਤ ਬਹੁਤ ਹਰੀਦਾਸ ਸਪੋਰਟਸ ਕਲੱਬ ਵੱਲੋਂ ਜੀ ਆਇਆਂ ਕਹਿੰਦੇ ਹਾਂ, ਉਹਨਾਂ ਦੇ ਨਾਲ ਜਿੰਨੇ ਵੀ ਪ੍ਰਵਾਸੀ ਸੱਜਣ ਆਏ ਭਾਈ ਬਲਦੇਵ ਜੀ, ਸਿਰਪਾਲ ਸਿੰਘ ਜੀ ਬਰਾੜ, ਮਕਾਨ ਸਿੰਘ ਜੀ ਸਰਪੰਚ, ਤਰਸੇਮ ਸਿੰਘ ਜੀ ਮੱਲਾ, ਬਲਦੇਵ ਸਿੰਘ ਜੀ, ਭੁਪਿੰਦਰ ਸਿੰਘ ਜੀ, ਬਲਜੀਤ ਸਿੰਘ ਬਰਾੜ, ਸਤਪਾਲ ਜੀ, ਰਣਜੀਤ ਸਿੰਘ ਜੀ ਗੋਸਾ, ਤਤਪਾਲ ਜੀ ਵੈਲ, ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ। ਨਾਲ ਹੀ ਅਸੀਂ ਪ੍ਰਧਾਨ ਜੀ MLA ਸਾਹਿਬ ਦਾ ਇੱਥੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਸਾਡੀਆਂ ਥੋੜ੍ਹੀਆਂ ਜਿਹੀਆਂ ਛੋਟੀਆਂ ਜਿਹੀਆਂ 2 ਮੰਗਾਂ ਜੋ ਕਿ ਪਹਿਲੀ ਮੰਗ ਪਿਛਲੇ ਸਾਲ ਅਸੀਂ ਰੱਖੀ ਸੀ ਨਸ਼ਾ ਰਹਿ, ਜੋ ਉਹਦਾ 25% ਦਾ ਜਿਹੜਾ ਹੱਲ ਹੋ, ਬਾਕੀ ਜਿਹੜਾ 75% ਤੁਹਾਡੇ ਸੱਜਣਾਂ ਦੀ ਮਿਹਰਬਾਨੀ ਨਾਲ ਹੋਣਾ ਚਾਹੀਦਾ, ਜ਼ਰੂਰੀ ਹੈ ਬਹੁਤ। ਦੂਜੀ ਮੰਗ ਬੱਸ ਅੱਡੇ ਦੇ ਵਿੱਚ ਕੋਈ ਵੀ ਬੱਸ ਨਾ ਵਿੱਚ ਵੜਦੀ ਹੈ ਨਾ ਬਾਹਰ ਖੜਦੀ ਹੈ, ਰਾਤ ਨੂੰ 5 ਵਜੇ ਤੋਂ ਬਾਅਦ ਲੇਡੀ ਸਵਾਰੀ ਨੂੰ ਬਹੁਤ ਔਖਾ ਹੁੰਦਾ, ਕਿਰਪਾ ਕਰਕੇ ਉਹਦੇ ਕੋਈ DC ਸਾਹਿਬ ਨੂੰ ਮਿਲ ਕੇ ਜਾਂ DDO ਨੂੰ ਕਹਿ ਕੇ ਸਪੈਸ਼ਲ ਡਿਊਟੀ ਲਵਾਈ ਜਾਵੇ, ਜੇ DDO ਇੱਥੇ ਆ ਵੀ ਜਾਂਦਾ ਤੇ ਤਾਂ ਵੀ ਉਹਦੇ ਪਰਵਾਹ ਨਹੀਂ ਕਰਦੇ, ਕਿਰਪਾ ਕਰਕੇ ਇਹ ਵੀ ਸਾਡੀ ਮੰਗ ਮਨਜ਼ੂਰ ਕੀਤੀ ਜਾਵੇ। ਇੱਕ ਜੋ ਮੋਗਾ ਲਿੰਕ ਰੋਡ ਤੇ ਦੇਵਾਨ ਛੱਪੜ ਪਿਆ ਉਹਦੇ ਵਿੱਚ ਪਾਰਕ ਬਣਾਇਆ ਜਾਵੇ ਤਾਂ ਕਿ ਸ਼ਾਮ ਨੂੰ ਲੇਡੀਜ਼ ਵਾਸਤੇ ਘੁੰਮਣ ਫਿਰਨ ਨੂੰ ਸੌਖਾ ਹੋ ਜਾਵੇ, ਜੈਂਟਸ ਵਾਸਤੇ, ਕਿਉਂਕਿ ਹਾਲਾਤ ਬਹੁਤ ਖਰਾਬ ਹੈ, ਕਿਸੇ ਦੀਆਂ ਆਵਾਜ਼ਾਂ ਲਾ ਲਈਆਂ ਜਾਂਦੀਆਂ, ਕਿਸੇ ਦਾ ਹੋਰ ਛੇੜਛੜੀ ਦਾ ਕੰਮ ਵੀ ਬਹੁਤ ਚੱਲ ਪੈਂਦਾ, ਕਿਰਪਾ ਕਰਕੇ ਹਨੇਰੇ ਸਵੇਰੇ ਜਾਣ ਦਾ ਕੋਈ ਟਾਈਮ ਨਹੀਂ, ਉਹ ਇੱਕ ਸੇਫ ਜਗ੍ਹਾ ਅਸੀਂ ਇਹ ਵੀ ਇੱਕ ਮੰਗ ਉਹਨਾਂ ਤੇ ਰੱਖੀ ਹੈ ਜੋ ਕਿ ਪਿੰਡ ਦੇ ਵਿੱਚ ਸਾਂਝੀ ਜਗ੍ਹਾ ਹੈ।
ਅੱਗੇ ਦੋਸਤਾਂ ਨੂੰ ਤੇ ਦੋ ਪਾਸੇ ਪਾਸੇ ਬਣਿਆ ਇੱਕ ਮੈਸਟਰੀ ਵਾਹਿਗੁਰੂ ਵੀ ਚਾਹੀਦਾ, ਫਿਰ ਵੀ ਜ਼ਿਮੀਂਦਾਰਾਂ ਦੇ ਪਰਿਵਾਰ ਵੀ ਹੈ, ਬਹੁਤ ਧੰਨਵਾਦ ਹੋਊਗਾ ਜੇ ਤੁਸੀਂ ਇਹ ਵੀ ਇੱਕ ਕਾਰਜ ਕਰ ਦਿਓਗਾ। ਬਾਕੀ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਕਲੱਬ ਦਾ ਜਿਹੜਾ ਹਿੱਸਾ ਪਿਛਲਾ ਵੀ ਰਹੀਦਾ ਤੇ ਐਸ ਪੀ ਵਾਲਿਆਂ ਨੂੰ ਕਵਰ ਕਰਕੇ ਜੋ 50-50 ਹਜ਼ਾਰ ਦਾ ਕੁਛ ਨੀ ਬਣਦਾ ਰੁਪਇਆ, 7-8 ਲੱਖ ਦਾ ਖਰਚਾ ਹੋ ਜਾਂਦਾ। ਬਾਕੀ ਤੁਹਾਡੇ ਜਿਹੜੇ ਹੁਕਮ ਹੋ ਗਏ ਸਰ ਮੱਥੇ ਸਾਡੇ ਬਰਾੜ ਜੀ ਜੋਗਿੰਦਰ ਸਿੰਘ ਜਿੰਦੂ ਜੀ ਐਤਕੀ ਪੰਜਾਬ ਨੂੰ 1000 ਨਹੀਂ ਕੰਦੇ, ਐਤਕੀ ਤਾਂ ਲੱਖਾਂ ਦੇ ਹਿਸਾਬ ਨਾਲ ਗੱਲਾਂ ਕਰ ਰਹੇ ਆ। ਜਿੰਨੇ ਵੀ ਪੰਜਾਬ ਦੇ ਕਬੱਡੀ ਕੱਪਾਂ ਦੇ ਇਹ ਆਪਣੇ ਫਿਰੋਜ਼ਪੁਰ ਦੇ ਨੂੰ ਖੁੱਲ ਕੇ ਗੱਪੇ ਦੇ ਰਹੇ ਆ, ਆਊਟਡੋਰ ਮੈਚ ਬੜਾ ਵਧੀਆ ਤੇ ਗੁਰਚਰਨ ਸਾਹਿਬ ਦੱਸੀ ਵੀ ਕਿਹੜੀ ਟੀਮ ਜਿੱਤ ਚੁੱਕੀ ਆ ਇਸ ਮੁਕਾਬਲੇ ਦੇ ਵਿੱਚ। ਖੋਲਿਆ ਟੀਮ ਜਿੱਤਿਆ ਜੀ ਨੋਟ ਕਰ ਲਓ, ਕੋਸ਼ਿਸ਼ ਕੀਤਾ, ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੀਆਂ ਟੀਮਾਂ ਇਸ ਕਲੱਬ ਨਾਲ ਜੁੜੀਆਂ ਹੋਈਆਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਕਿ ਜਿਹਨਾਂ ਨੇ ਬਹੁਤ ਹੀ ਵਧੀਆ ਕਰਕੇ ਇਹ ਇੱਕ ਬੈਗ ਨੂੰ ਸਾਨੂੰ ਦਿਖਾ ਰਹੇ ਹੈ। ਇਹਨਾਂ ਸਾਰਿਆਂ ਦਾ ਧੰਨਵਾਦ ਬਾਬਾ ਹਰੀਦਾਸ ਸਪੋਰਟਸ ਕਲੱਬ ਵਾਲੇ ਜਿਹੜੇ ਕਿ ਹਰ ਸਾਲ ਇਹ ਬੈਚ ਕਰਾਉਂਦੇ ਆ, ਇਹਨਾਂ ਦਾ ਬਹੁਤ ਧੰਨਵਾਦੀ ਆ ਤੇ ਧੰਨਵਾਦ ਕਰਦੇ ਹਾਂ MLA ਸਾਹਿਬ ਦਾ ਕਿ ਜਿਹਨਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਇਸ ਤਰਵੰਡੀ ਭਾਈ ਵਿੱਚ ਬਾਬਾ ਹਰੀਦਾਸ ਸਪੋਰਟਸ ਕਲੱਬ ਦੀ ਅਪੀਲ ਤੇ ਇੱਥੇ ਆਏ, ਅਸੀਂ ਇਹਨਾਂ ਦੇ ਧੰਨਵਾਦ ਕਰਦੇ ਹਾਂ। ਬਾਬਾ ਹਰੀਦਾਸ ਵੱਲੋਂ ਬਹੁਤ ਹੀ ਸਾਡੇ ਕਾਲਜ ਮਾਤਾ ਸਾਹਿਬ ਦਾ ਕਾਲਜ ਨੂੰ 10 ਕਿੱਲੇ ਜ਼ਮੀਨ ਦਾਨ ਦਿੱਤੀ ਹੈ, ਇਹ ਵੀ ਬਾਬਾ ਹਰੀਦਾਸ ਦੀ ਮਿਹਰਬਾਨੀ ਨਾਲ ਹੀ ਕਾਲਜ ਇੱਥੇ ਬਣਿਆ ਹੈ। ਅਸੀਂ ਸਾਰੇ ਹੀ ਬਾਬਾ ਹਰੀਦਾਸ ਦੇ ਜੋ ਵੀ ਪੈਰੋਕਾਰ ਹੈ, ਜੋ ਵੀ ਇਸ ਤੋਂ ਸੇਵਾਦਾਰ ਹੈ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਕਲਸੀ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ 10 ਕਿੱਲੇ ਜ਼ਮੀਨ ਦੇ ਕੇ ਇਹ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਲੜਕੀਆਂ ਦਾ ਕਾਲਜ ਬਣਵਾਇਆ ਆਪਣੇ ਇਲਾਕੇ ਵਿੱਚ। ਮਾਤਾ ਸਾਹਿਬ ਕੌਰ ਕਾਲਜ ਜੋ ਕਿ BA ਤੱਕ ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੋਈ ਹੈ, ਅੱਜ ਆਪਣੇ ਕਾਲਜ ਦੇ ਵਿੱਚ ਤਕਰੀਬਨ 600 ਲੜਕੀਆਂ ਪੜ੍ਹ ਰਹੀਆਂ, ਇਲਾਕੇ ਨੂੰ ਬਹੁਤ ਹੀ ਇਸ ਕਾਲਜ ਦਾ ਫਾਇਦਾ। ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ, ਉਹਨਾਂ ਦੇ ਉੱਤੇ ਭਵਿੱਖ ਵਾਸਤੇ ਇਸ ਕਾਲਜ ਵਿੱਚ ਬੱਚੇ ਪੜ੍ਹਾ ਕੇ ਆਪਣੇ ਬੱਚਿਆਂ ਦਾ ਜੀਵਨ ਉੱਚਾ ਕਰਾਓ। ਮੈਂ ਦੁਬਾਰਾ ਫਿਰ ਬਾਬਾ ਹਰੀਦਾਸ ਸਪੋਰਟਸ ਕਲੱਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਜੋ ਮਾਣ ਸਤਿਕਾਰ ਦਿੱਤਾ, ਜੋ ਲੋਕਾਂ ਨੂੰ ਸਾਰਿਆਂ ਨੂੰ ਇਹ ਕਬੱਡੀ ਬਾਰੇ ਸਾਨੂੰ ਟੂਰਨਾਮੈਂਟ ਦਿਖਾਏ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਨਸ਼ਿਆਂ ਤੋਂ ਰਹਿਤ ਵਾਸਤੇ ਆਪਾਂ ਇਹ ਜੋ ਟੂਰਨਾਮੈਂਟ ਕਰਾ ਰਹੇ ਹਾਂ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਆਪਣੇ ਬਹੁਤ ਹੀ ਸਤਿਕਾਰਯੋਗ ਹਲਕੇ ਦੇ MLA ਸਰਦਾਰ ਜੋਗਿੰਦਰ ਸਿੰਘ ਜੀ ਜਿੰਦੂ, ਸਰਦਾਰ ਸਤਪਾਲ ਸਿੰਘ ਜੀ ਮੈਂਬਰ SGPC, ਸੋਹ ਕੌਂਸਲਰ ਸਾਹਿਬਾਨ, ਬਾਬਾ ਹਰੀਦਾਸ ਕਲੱਬ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ, ਇਲਾਕਾ ਨਿਵਾਸੀ, ਸਮੂਹ ਖਿਡਾਰੀ, ਹੋਰ ਜਿੰਨੇ ਵੀ ਇਲਾਕੇ ਤੋਂ ਸ਼ਖਸੀਅਤਾਂ ਇੱਥੇ ਪੁੱਜੀਆਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਿਆਨ ਤਾਂ ਤੁਹਾਡਾ ਖੇਡ ਚ, ਮੈਨੂੰ ਵੀ ਪਤਾ ਹੈ ਫਤਿਹ ਦਾ ਜਵਾਬ ਤਾਂ ਯਾਰ ਦੋ ਦਿਨ ਵੇਖੀ ਜਾਊਗੀ। ਵਾਹਿਗੁਰੂ
ਮੇਰੀਆਂ ਗੱਲਾਂ ਦਾ ਸਵਾਦ ਨਹੀਂ ਆਉਣਾ, ਕਬੱਡੀ ਦਾ ਜ਼ਰੂਰੀ ਹੈ, ਆਪਾਂ ਤਾਂ ਫੇਰ ਕਰਦੇ ਰਹਾਂਗੇ ਇਕੱਠੇ ਰਹਿਣਾ, ਤੇ ਹੁਣ ਮੈਂ ਇਹਨੇ ਨਾਲ ਛੁੱਟੀ ਤੇ ਤੁਸੀਂ ਬੈਠੋ ਕਬੱਡੀ ਸਹੀ ਪਿਆ ਜੀ। ਆਹ ਸੀ ਜੀ ਬੈਠ ਜੀ ਹਕੂਮਤ, ਇੱਕ ਮੈਚ ਕਰਾ ਲਈਏ ਸਿਰਫ ਇੱਕੋ ਮੈਚ ਆ ਜੀ, ਇਸ ਤੋਂ ਬਾਅਦ ਆਪਾਂ ਬਰਾੜ ਸਾਹਿਬ ਸਟੇਜ ਦੀ ਕਾਰਵਾਈ ਕਰਾਂਗੇ, ਕਿਉਂਕਿ ਮੈਚ ਬਹੁਤ ਤਕੜਾ, ਇੱਕ ਪਾਸੇ ਚਾਰ ਜਾਫੀ ਕਰਨ ਦੀ ਭਾਈ ਦੇ ਸਾਹਮਣੇ ਪਿੰਡ ਕੰਗ ਦੀ ਧਰਤੀ ਦਾ ਆ ਸਾਹਮਣੇ ਖੇਡ ਮੈਦਾਨ ਵਿੱਚ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ ਆ ਗਿਆ, ਸਿੱਟ ਕਰਦੇ ਨੌਜਵਾਨ ਆ ਗਿਆ ਸਾਹਮਣੇ ਤਲਵੰਡੀ ਭਾਈ ਦਾ ਹੀਰ ਅਗਲੀ ਕਬੱਡੀ ਪਾਉਣ ਦੇ ਲਈ ਪਰਮਜੀਤ ਸਿੰਘ ਇਹ ਵੀ ਮੁੰਡਾ ਤੇਰੇ ਕੋਲ ਗਿਆ ਇੱਕ ਪਾਸੇ ਸਵਾਲ ਹੈ ਸੁਖਮੰਦਰ ਸਿੰਘ ਹੱਥਾਂ ਦੀ ਪੇਟ ਨਹੀਂ ਆ ਰਿਹਾ, ਜਿੰਦਰ ਗੇੜਾ ਵੱਲੋਂ ਇੱਕ 100 ਰੁਪਇਆ ਹੀਰੇ ਲਈ ਆ ਮਾਨ ਸਨਮਾਨ ਨਾਲ ਦੀ ਨਾਲ ਰੋਲਾ ਜੀ ਆਪਾਂ ਸਾਹਮਣੇ ਪਾਈ ਹੋਈ ਕਬੱਡੀ ਇੱਕ ਪਾਸੇ ਜਿਹੜਾ ਇਸ ਖਿਡਾਰੀ ਨੂੰ ਚੱਖਾ ਲੱਗ ਗਿਆ
ਸਵਾਲ ਦੇ ਬਦਲਾ ਦਿੱਤਾ ਜਾ ਰਿਹਾ ਇੱਕ ਮਿੰਟ ਦਾ ਸਮਾਂ ਹੈ। ਪਰਮਜੀਤ ਸਿੰਘ ਜੀ ਸਾਨੂੰ ਸਾਫ਼ ਕਹਿੰਦੇ ਹੈ ਕਿ ਦੋਹੀ ਪਾਸੀ 200 ਰੁਪਏ ਦੀ ਕਬੱਡੀ ਪੈਣੀ ਹੈ, ਚਾਹੇ ਮੈਨੂੰ ਜੰਗੀ ਵਾਲੇ ਦੇ ਖਿਡਾਰੀ ਹੈ, ਚਾਹੇ ਕਬੰਡੀ ਭਾਈ ਦੇ ਖਿਡਾਰੀ ਹੈ, ਤੇ ਨਾਲ ਗੁਰਦੇਵ ਸਿੰਘ ਜੀ ਦਰਾਂ ਗਾਇਕ ਦਾ ਪਿੰਡ ਹੈ ਜੰਗੀਆਂ ਭੁਪਿੰਦਰ ਗਿੱਲ ਦਾ ਪਿੰਡ
ਦੱਸੇਗਾ ਟੈਕਨੀਕਲ ਪੁਆਇੰਟ ਹੈ ਸੁਖ ਮੰਦਰ ਦਾ ਪੁਆਇੰਟ ਜੰਗੀ ਵਾਲੇ ਦਾ ਪੁਆਇੰਟ ਭਾਵੀ ਦਾ ਇੱਕ ਸਾਲ ਰੁਪਈਆ ਸਾਡਾ ਵੀ ਕਾਂਗਰ ਸਰਾ ਕਹਿੰਦਾ ਵੀ ਬਿੰਦਰ ਨੂੰ ਦੇਵੇ ਕਾਂਗਰ ਵਾਲੇ ਨੂੰ ਬੜੇ ਮਾਲ ਜਿਹੜੇ ਭੇਜੇ ਲਾ ਰਹੇ ਆ ਕਬੱਡੀ ਜਿਹੜੀ ਭਰਾਲੇ ਦੇ ਜਗਮੀਤ ਵੀ ਹੈ ਇੱਕ ਗੰਨੀ ਦੇ ਕਹਿੰਦੇ ਵੀ ਕੁਲਵਿੰਦਰ ਜੰਗੀ ਵਾਲੇ ਦਾ ਨਾਲ ਪਾਲੀ ਹੈ ਆਹ ਬੰਦਾ ਜੰਗੀ ਵਾਲੇ ਦਾ ਸਰਕਾਰ ਦੀ ਫੇਰ ਵੱਡੀ ਪਹੁੰਚੀਆਂ ਮਹਿੰਗੇ ਮੁੱਲ ਚ ਵਧੀਆ ਨੇ ਕਰੋੜਾਂ ਦੀ ਕਬੱਡੀ ਆਲੇ ਦੁਆਲੇ ਪਾਸੇ ਕਾਂਗਰਸ ਦਾ ਬਿੰਦਰ ਕਬੱਡੀ ਮਾਰ ਕਰਨਾ ਹੈ ਮੈਂ ਵੇਖਿਆ ਵੀ ਤਿੰਨ ਚਾਰ ਸਾਲ ਲਗਾਤਾਰ ਵਿਦੇਸ਼ਾਂ ਵਿੱਚ ਰਿਹਾ ਫਿਰ ਮੇਰਾ ਰਤਨਾ ਨੇ ਮਾਰੋ ਜਾਂਦੇ ਰਹੋ ਇਸੇ ਤਰ੍ਹਾਂ
ਸਾਡੇ ਬੜੇ ਪਿਆਰ ਦੇ ਨਾਲ ਫੈਸਲੇ ਕੀਤੇ ਜਾਂਦੇ ਆ। ਕਾਪੀ ਵਾਲਾ ਕਿੱਥੇ ਆ? ਮੰਦਰਾਂ ਵੇਖਿਆ ਕੱਪੇ ਦੇ ਕਿੰਨੇ ਪਾਇਆ? ਗਰਾਊਂਡ ਜਿਹੜਾ ਖਾਲੀ ਕਰਨ ਦੀ ਮੇਰੀ ਬੇਨਤੀ ਹੈ। ਐਮਸੀ ਸਾਹਿਬ ਸਰਦਾਰ ਬਲਦੇਵ ਸਿੰਘ ਜੀ ਬਰਾੜ, ਬਲਦੇਵ ਸ਼੍ਰੋਮਣੀ ਅਕਾਲੀ ਦਲ ਦੇ ਤੇ ਬੀਜੇਪੀ ਦੀ ਟੀਮ ਤੇ ਕਲੱਬ ਦੇ ਪ੍ਰਧਾਨ ਤੇ ਸਾਰੇ ਹੀ ਕਲੱਬ ਦੇ ਮੈਂਬਰ, ਪ੍ਰਬੰਧਕ ਕਮੇਟੀ, ਰੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਿੰਨ ਪਿੰਡ ਦੇ ਵਿੱਚ ਕਬੱਡੀ ਮੇਲੇ ਹਰ ਪਿੰਡ ਕਰਾ ਰਿਹਾ ਹੈ ਤੇ ਇਹ ਜਿਹੜੀ ਦੇਣ ਵੀ ਹੈ ਮੈਂ ਵਧਾਈ ਦਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਨ੍ਹਾਂ ਨੇ ਪਹਿਲੀ ਵਾਰ ਕਿਸੇ ਸਰਕਾਰ ਨੇ ਨੌਜਵਾਨ ਵੀਰਾਂ ਲਈ ਤੇ ਗੇਮਾਂ ਪਾਸੇ ਧਿਆਨ ਦਿੱਤਾ, ਇਹਦਾ ਸਿਹਰਾ ਜਿਹੜਾ ਜਾਂਦਾ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਜਾਂਦਾ। ਮੇਰਾ ਵੀਰ ਹੁਣੇ ਸੇਵਾ ਸਿੰਘ ਜੀ ਬਰਾੜ ਸਾਹਿਬ ਇਹ ਕਹਿੰਦੇ ਸੀ ਕਿ 50,000 ਨਾਲ ਸਰਨਾ ਨਹੀਂ। ਮੈਂ ਇਹਨੂੰ ਵੀਰ ਨੂੰ ਜਵਾਬ ਦੇਣਾ ਚਾਹੁੰਦਾ ਇਸ ਗੱਲ ਦਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਇਹ ਪੰਜਾਬ ਦੇ ਵਿੱਚ 6 ਸਾਲ ਹੋ ਗਏ ਆਜ਼ਾਦ ਹੋਏ ਨੂੰ ਮੁਲਕ ਨੂੰ, ਤੇ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਜਿਹੜੀ ਕਬੱਡੀ ਸੀ ਜਿਹੜੀ ਪੰਜਾਬ ਦੇ ਵਿੱਚੋਂ ਖਤਮ ਹੋ ਚੁੱਕੀ ਸੀ, ਸਾਡੇ ਲੋਕ, ਸਾਡੇ ਨੌਜਵਾਨ ਵੀਰ ਜਿਹੜੇ ਨਸ਼ਿਆਂ ਵੱਲੇ ਚਲੇ ਗਏ ਸੀ, ਤੇ ਅੱਜ ਮੈਂ ਰੋਜ਼ ਹੀ ਮੇਰਾ ਤਕਰੀਬਨ 2-3 ਮੇਲਿਆਂ ਤੇ ਜਾਂਦਾ ਤੇ ਇਹ ਦੇਣ ਹੈ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੀ। ਤੇ ਜਿਹੜੀ 50,000 ਦੀ ਗੱਲ ਨੀ, 1 ਕਰੋੜ ਰੁਪਏ ਦੇ ਵਿੱਚ ਕਬੱਡੀ ਪਹੁੰਚਾ ਦੀ, ਇਹ ਪਹਿਲੀ ਮੇਰੇ ਸਰਕਾਰ ਨੇ ਕੀਤਾ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਹਰ ਪਿੰਡ ਦੇ ਵਿੱਚ ਜਾਂਦੇ ਹਾਂ, ਪਿੰਡ ਦੇ ਵਿੱਚ ਹਰੇਕ ਜਿਹੜੇ ਮੇਰੇ ਵੀਰ ਕਹਿੰਦੇ ਕਿ ਸਾਨੂੰ ਇਹ ਮੰਗਣਾ, ਲੇਕਿਨ ਮੈਨੂੰ ਇੱਕ ਅਫਸੋਸ ਬਹੁਤ ਵੱਡਾ ਇਹਨਾਂ ਦੇ ਵੀਰ ਤੇ, ਇਹ ਤਾਂ ਦੱਸਿਆ ਇਹਨਾਂ ਨੇ ਵੀ ਤਲਵੰਡੀ 'ਚ ਪਾਰਕ ਨਹੀਂ ਬਣਿਆ ਤੇ ਤਲਵੰਡੀ 'ਚ 25 ਪੈਸੇ ਕਹਿੰਦੇ ਨਸ਼ਾ ਬੰਦ ਹੋਇਆ। ਇਹ ਅਗਲੀ ਵਾਰ ਵੀ ਸਟੇਟ ਤੇ ਬੋਲੇ ਸੀ ਤੇ ਸਾਹਿਤ ਮੈਨੂੰ ਅੱਜ ਤੱਕ ਤੁਸੀਂ ਕਦੇ ਨੀ ਮੈਨੂੰ ਆ ਕੇ ਦੱਸਿਆ ਵੀ ਭਾਈ ਸਾਹਿਬ ਨਸ਼ਾ ਚੱਲਦਾ। ਇਹ ਨਸ਼ਾ ਜਿਹੜਾ ਜਿੰਨਾ ਚੱਕਰ ਲੋਕ ਜਿਹੜੇ ਮੇਰੇ ਸਾਥ ਨਾ ਦੇਣਗੇ, ਪਬਲਿਕ ਸਾਥ ਨਾ ਦੇਗੀ, ਉਹਨਾਂ ਚੱਕਰ ਇਹ ਚੀਜ਼ਾਂ ਬੰਦ ਨਹੀਂ ਹੁੰਦੀਆਂ। ਲੇਕਿਨ ਮੈਂ ਇਹ ਵੀ ਦਵਾਂ ਨਾ ਕਹਿੰਦਾ ਕਿ ਤਲਵੰਡੀ 'ਚ ਹੀ ਸਾਰੇ ਪੰਜਾਬ ਦੇ ਵਿੱਚ ਮੇਰੇ ਖਿਆਲ ਅੱਜ ਦੇ ਨਸ਼ਿਆਂ ਦੇ ਵਾਸਤੇ ਇੰਨਾ ਜ਼ੋਰ ਲਾ ਗਿਆ ਸਰਕਾਰ ਦਾ, ਇੰਨਾ ਰੱਸਾ ਪਾ ਰਹੇ ਹੈ ਤੇ ਮੇਰੇ ਖਿਆਲ ਅਮਰੀ ਵੀਰ ਮੇਰੇ ਕਈ ਹੈਗੇ ਨੇ ਉਹ ਜਿਹੜੇ ਸਾਨੂੰ ਗਾਲਾਂ ਵੀ ਕਰਦੇ ਆ। ਤੇ ਮੈਂ ਵੀਰ ਇਹ ਦੱਸਣਾ ਚਾਹੁੰਦਾ ਤੁਹਾਨੂੰ ਕਿ ਖਾਲੀ ਸਪੀਕਰ ਦੇ ਨਾ ਬੋਲਿਆ ਕਰੋ, ਆ ਕੇ ਦੱਸਿਆ ਵੀ ਕਰੋ ਵੀ ਫਲਾਨਾ ਬੰਦਾ ਵੇਚਦਾ, ਇਹ ਦੱਸਿਆ ਕਰੋ ਡਿਊਟੀ ਤੁਹਾਡੀ ਵੀ ਬਣਦੀ ਹੈ, ਜੇ ਫਿਰ ਅਸੀਂ ਨਹੀਂ ਕਰਦੇ ਤੇ ਫਿਰ ਅਸੀਂ ਜ਼ਿੰਮੇਵਾਰ ਬਣਦੇ ਹਾਂ। ਇਹ ਮੈਂ ਤੁਹਾਨੂੰ ਸਾਰੇ ਤਲੰਡੀ ਵਾਸੀਆਂ ਨੂੰ
ਔਰ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਕੋਈ ਗਲਤ ਅੰਸਰ ਹੈ, ਜੋ ਕੋਈ ਨਸ਼ਾ ਵੇਚਦਾ, ਉਹ ਸਾਡੇ ਤੋਂ ਕੋਲ ਤੁਸੀਂ ਗੱਲ ਬਚਾਓ। ਅਗਰ ਜੇ ਅਸੀਂ ਉਹਦੀ ਕਾਰਵਾਈ ਨਹੀਂ ਕਰਦੇ, ਫਿਰ ਅਸੀਂ ਉਹਦੇ ਦੇਣਦਾਰ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤਲਵੰਡੀ ਸਾਹਿਬ ਸੀ, ਉਹਦੇ ਸਿਰਿਆਂ ਨੂੰ ਕਹਿ ਕੇ ਗਿਆ ਕਿ ਨਸ਼ਾ ਵੇਚਣਾ ਨੂੰ ਬਖਸ਼ਿਆ ਨਹੀਂ ਜਾਊਗਾ, ਤੇ ਨਾ ਜਿਹੜੇ ਕੋਈ ਪੁਲਿਸ ਵਾਲੇ ਵੀ ਉਹਨਾਂ ਦਾ ਸਾਥ ਦੇਣਗੇ, ਬਖਸ਼ਿਆ ਉਹ ਵੀ ਨਹੀਂ ਜਾਏ। ਦੱਸਿਆ ਵੀ ਜਿਹੜੀ ਮੁਕੰਮਲ ਸੀਵਰੇਜ ਦੀ ਤੇ ਵਾਟਰ ਸਪਲਾਈ ਦੀ 22 ਕਰੋੜ ਰੁਪਈਆ ਵੀ ਦੇ ਗਏ, ਤੁਹਾਡਾ ਟੈਂਡਰ ਵੀ ਲੱਗ ਗਿਆ, ਡੀਮ ਪੱਤਰ ਵੀ ਲੱਗ ਗਿਆ ਔਰ ਕੰਮ ਵੀ ਸ਼ੁਰੂ ਹੋ ਗਿਆ। ਸਟੇਟ ਸੈਕਟਰੀ ਸਾਹਿਬ ਨੂੰ ਮੈਂ ਇੰਨਾ ਗੱਲ ਕਰਨਾ ਵੀ ਖਾਲੀ ਮੰਗਾਂ ਨਾ ਕਰਿਆ ਕਰੋ, ਇਹ ਵੀ ਦੱਸਿਆ ਕਰੋ ਵੀ ਆਹ ਕੀਤਾ, ਫਿਰ ਸਾਨੂੰ ਵੀ ਥੋੜਾ ਜਿਹਾ ਹੌਸਲਾ ਹੁੰਦਾ। ਜਿਵੇਂ ਉਹ ਕੋਈ ਰੇਡ ਬਣ ਜਾਂਦਾ, ਆਪਾਂ ਤਾੜੀਆਂ ਮਾਰ ਦਿੰਦੇ, ਉਹਦਾ ਹੌਸਲਾ ਦੁੱਗਣਾ ਹੁੰਦਾ। ਤੇ ਜੇ ਕਿਸੇ ਲੀਡਰ ਦਾ ਕੰਮ ਕੀਤਾ, ਕਿਸੇ ਸਰਕਾਰ ਦਾ ਕੰਮ ਕੀਤਾ, ਲੋਕ ਵੀ ਤਾੜੀਆਂ ਮਾਰ ਦੇਣ, ਸਾਡਾ ਵੀ ਦਿਲ ਕਰਦਾ ਵੀ ਦੁਬਾਰਾ ਫਿਰ ਰੇਡ ਪਾ। ਮੈਂ ਇਹ ਬੇਨਤੀ ਕਰਦਾ ਕਿ ਅਸੀਂ ਹਮੇਸ਼ਾ ਇਸ ਨਸ਼ੇ ਦੇ ਵਰਖਲਾਫ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹ ਬਿਲਕੁਲ ਬੰਦ ਹੋਏ, ਸਵਾਰੀਆਂ ਨੂੰ ਲਾਹ ਕੇ ਜਾਇਆ ਕਰਨਗੀਆਂ। ਔਰ ਜਿਹੜੀ ਛੱਪੜ ਦੀ ਗੱਲ ਹੈ ਅਤੇ ਪਾਰਕ ਬਣਾਉਣ ਦੀ ਗੱਲ ਹੈ, ਆਹ ਸਾਰੇ MC ਬੈਠੇ ਆ ਤੇ ਨਵੀਂ ਦੁਬਾਰਾ ਜਦੋਂ ਕਮੇਟੀ ਬਣੇਗੀ, ਜਿੰਨਾ ਇਹ ਕਹਿਣਗੇ ਓਨਾ ਹੀ ਇਸ ਫੰਡ ਵੀ ਇਸ ਹਾਸੇ ਦੇਵਾਂਗੇ, ਐਸਟੀਮੇਟ ਬਣਾ ਲੈਣਾ। ਔਰ ਜਿੰਨਾ ਮੇਰੇ ਦੋ ਨੌਜਵਾਨ ਵੀਰ ਕਹਿ ਗਏ ਆ ਵੀ ਇੱਥੇ ਮਿੱਟੀ ਦੀ ਲੋੜ ਆ, ਉਹ ਵੀ ਐਸਟੀਮੇਟ ਬਣਾ ਕੇ ਸਤਪਾਲ ਜੀ ਦੀ, ਪ੍ਰਧਾਨ ਜੀ ਦੀ ਤੇ ਸਾਡੇ ਦਰਬਾਰ ਸਾਹਿਬ ਹੈਗੇ, ਇਹਨਾਂ ਦੀ ਮੈਂ ਡਿਊਟੀ ਲਾ ਦਿੰਦਾ ਕਿ ਜਿੰਨੇ ਕੁ ਪੈਸੇ ਲੱਗਣਗੇ ਇਹ ਵੀ ਅਸੀਂ ਤੁਹਾਨੂੰ ਪੈਸੇ ਦੇ ਦਾਂਗੇ। ਪਰ ਸਟੇਟ ਸੈਕਟਰੀ ਸਾਹਿਬ ਗੋੜ ਜ਼ਰੂਰ ਲਾਇਆ ਕਰ ਯਾਰ, ਜਿਹੜਾ ਦੇ ਕੇ ਜਾਂਦੇ ਆ ਭਾਈ ਰਿਪੋਰਟ ਦਿੱਤਾ ਉਹਨਾਂ ਤੋਂ ਨਾ ਹੀ ਲਿਆ, ਥੋੜਾ ਜਿਹਾ ਮੈਨੂੰ ਲੱਗਦਾ ਕਿ ਅਕਾਲੀਆਂ ਦੇ ਵਰਖਲਾਫ ਤਾਂ ਨਹੀਂ ਕਿਸੇ ਨੂੰ, ਥੋੜਾ ਜਿਹਾ ਜਿਹੜਾ ਵੀ ਮਰਜ਼ੀ ਕਰੇ, ਚਾਹੇ ਕਾਂਗਰਸ ਹੀ ਕਰੇ ਚਾਹੇ ਅਕਾਲੀ ਕਰੇ, ਉਹਨੂੰ ਸ਼ਾਬਾ ਜ਼ਰੂਰ ਲਿਆ ਕਰੋ। ਜਦੋਂ ਉਹਨਾਂ ਪਰੇਡ ਪਾ ਕੇ ਆਉਂਦਾ ਮੁੰਡਾ ਤੇ ਦਿਲ ਖੁਸ਼ ਹੁੰਦਾ, ਤਾੜੀਆਂ ਵੱਜਦੀਆਂ, ਇੰਨਾ ਕਿ ਥੋੜਾ ਜਿਹਾ ਹੌਸਲਾ ਵੱਧਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ MLA ਸਾਹਿਬ, ਬੰਦਾ ਤਾਂ ਮੈਂ ਕਾਂਗਰਸੀ ਜ਼ਰੂਰ ਹਾਂ, ਪਰ ਇਸ ਕਲਾਪੂ ਵਾਸਤੇ ਜੋ ਵੀ ਕੁਛ ਮੰਗਿਆ ਮੈਂ ਆਪਦੇ ਘਰ ਵਾਸਤੇ ਕੁਛ ਵੀ ਨਹੀਂ ਮੰਗਿਆ। MLA ਸਾਹਿਬ ਹੈਲੋ, ਕਮੇਟੀ ਕੀ ਸਮਝ ਲਓ ਹੁਣ ਹਾਲੇ। ਹਾਂਜੀ ਤੁਸੀਂ ਗਜਾਂ ਰਾਜਸ਼ੀ ਨੇ ਬਹੁਤ ਹੀ ਸ਼ਾਨਦਾਰ ਰਹਿ ਕੇ ਖੇਡ ਮੈਦਾਨ ਵਿੱਚ। ਹਾਂਜੀ MLA ਸਾਹਿਬ, ਸਨਮਾਨ ਜਨਤਾ ਜ਼ਰੂਰ ਲੈ ਜਾਓ, ਬਾਕੀ 22 ਕਰੋੜ ਵਾਲੇ ਤੁਹਾਡਾ ਮਸਲਾ ਪਹਿਲੀ, ਮੈਨੂੰ ਤਾਂ ਇਸ ਚੱਕਰ ਪਤਾ ਨਹੀਂ ਕਿਉਂਕਿ ਮੈਂ ਉੱਥੋਂ ਮੀਟਿੰਗ ਗਿਆ। ਹੈਲੋ ਹੈਲੋ, ਦੂਸਰਾ ਮੈਂ ਕਿ ਗਰਾਊਂਡ ਵਿੱਚ ਪੁੱਛਦੇ ਕਰਦੇ ਸਹਿਦੇਵ ਜੀ, ਬਹੁਤ ਸਤਿਕਾਰਯੋਗਾ ਵੱਡੀਆਂ ਡਿਓਟੀਆਂ ਵੀਰਾਂ ਦੀਆਂ, ਆਪਾਂ ਤਰਵਾਈ ਕਰਾਂਗੇ ਸਿਆਸਤ ਦੇ ਰਹਿਨਵਾ, ਸਿਆਸਤ ਦੇ ਦਰਵੇਸ਼, ਹਲਕਾ ਫਿਰੋਜ਼ਪੁਰ ਦੇਹਾਤੀ ਦੇ ਚੇਅਰਮੈਨ MLA ਸਾਹਿਬ ਜਗਿੰਦਰ ਜਿੰਦੂ ਜੀ, ਉਹਨਾਂ ਦਾ ਆਪਾਂ ਤਹਿ ਦਿਲ ਪ੍ਰਭਾਰੀ ਕਰਦੇ ਸੀ, ਗੁਜਰ ਦੇ ਜ਼ਿਲ੍ਹੇ ਦੀ ਕਦਮਾਂ ਅੱਜ ਸਿਰ ਬੈਠੇ। ਜਿਹੜੀ ਮਾਲਾ ਕਲਾਂ ਦੀ ਟੀਮ ਹੈ ਇੱਧਰ, ਮੇਨ ਫਾੜਕਾ ਵਾਲੀ ਸਾਈਡ ਹੈ ਤੇ ਭਰੂ ਦੀ ਨੀਮ ਇੱਧਰ, ਤਲਵੰਡੀ ਭਾਈ ਵਾਲੀ ਸਾਈਡ ਹੈ, ਲਓ ਸਾਹਮਣੇ ਨੌਜਵਾਨ, ਲਓ ਕਬੱਡੀ ਪਾ ਰਹੇ ਭਲੂਰ ਦੀ ਧਰਤੀ ਦਾ ਮੇਜਰ, ਭਲੂਰ ਦਾ ਪਿੰਡ ਆ, ਲਓ ਦੂਸਰੇ ਪਾਸੇ 4000
ਨਾ ਉਹ ਕੁਰਬੰਤ ਕਰਦਾ ਨਾ ਜਿਹੜੇ ਕੋਸ਼ਿਸ਼ ਕਰਦਾ, ਪਰ ਜੱਫਾ ਨਹੀਂ ਲਾ ਸਕਿਆ ਪੁਆਇੰਟ ਰੇਡਰ ਦੇ ਹਿੱਸ ਜੁੜਦਾ ਹੋਇਆ। ਸਵਾਜੀ ਸਰਦਾਰ ਬੇਅੰਤ ਸਿੰਘ ਬਿੱਲਾ ਕਨੇਡਾ ਉਹਨਾਂ ਨੂੰ ਪਰਿਵਾਰ ਵੱਲੋਂ ਗੱਡਣੇ ਤੇ ਰਮਣੇ ਨੂੰ ਵਿਸ਼ੇਸ਼ ਮਾਣ ਸਨਮਾਨ ਕੀਤੇ ਜਾਣੇ ਨੇ ਖੇਡ ਮੈਦਾਨ ਵਿੱਚ। ਆਪਾਂ ਦਰਬਾਰ ਕਰਾਂਗੇ ਦੋ ਮਿੰਟਾਂ ਵਿੱਚ ਮੇਰੇ ਵੀਰ ਸਟੇਜ ਦੇ ਸਾਹਮਣੇ ਗੁਜ਼ਰਨਾ, ਨਾਲ ਪੰਜਾਬੀ ਮਾਂ ਬੋਲਣ ਤੋਂ ਖੁਸ਼ ਹੋਏ, ਬਹੁਤ ਸਾਰਾ ਪਿਆਰ ਭੇਜਦੇ ਵੀਰ ਸਾਰਾ ਦਰਬਾਰ ਕਰਦੇ ਹੋਏ ਵੀਰਾਂ ਨੂੰ। ਹਾਂਜੀ ਹਾਂਜੀ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਪੈਨਲ ਦਾ ਮਾਣ ਲਾਲਾ ਕਬੱਡੀ ਖਿਡਾਰੀ ਨੂੰ ਸਾਡੇ ਰੂਪਲਾਲ ਜੀ ਵੱਲੋਂ ਤੇ ਪਰਮਜੀਤ ਪੰਮਾ ਜੀ ਵੱਲੋਂ ਗੁੱਟ ਦੇ ਕੇ ਸਨਮਾਨਿਤ ਕੀਤਾ ਜਾਂਦਾ, ਨਾਲ ਕਨੇਡਾ ਦੀ ਟੈਕ। ਮੈਂ ਸਾਰੇ ਰੂਪਲਾਲ ਜੀ ਦਾ ਪੰਮਾ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹਨਾਂ ਨੇ ਇੰਨਾ ਮਾਣ ਸਨਮਾਨ ਦਿੱਤਾ। ਕਨੇਡਾ ਵਾਲੇ ਨਾਲ ਰੋਹਣੀ ਲਾਲ ਜੀ ਦੇ ਗਰਾਊਂਡ ਦੇ ਵਿੱਚ ਚੱਲੇ, ਲਾਲਾ ਜੀ ਨੂੰ ਲੈ ਕੇ ਅਸੀਂ ਆਉਂਦੇ ਹਾਂ ਜੀ। ਹੈਲੋ ਬਾਈ ਸੋਨ, ਬਾਈ ਸਾਰਿਆਂ ਨੂੰ ਬੇਨਤੀ ਆ ਵੀ ਜਿੰਨੇ ਵੀ ਸੱਜਣ ਕੋਈ ਬੈਠ ਕੇ ਲਾਉਂਦੇ ਆ ਕਿਰਪਾ ਕਰਕੇ ਬਾਹਰ ਹੋ ਜਾਓ, ਸਾਡੀ ਬੇਨਤੀ ਨੂੰ ਸਵੀਕਾਰ ਕਰੋ। ਔਰ ਇੱਥੇ ਨੀ ਬਾਈ ਜੀ, ਬਾਹਰਲੇ ਪਾਸੇ ਹੋ ਜਾਓ, ਕਿਰਪਾ ਕਰਕੇ ਗਰਾਊਂਡ ਦਾ ਮੂਹਰਲਾ ਪਾਸਾ ਵਿਹਲਾ ਕਰੋ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ। ਨਹੀਂ ਅਸੀਂ ਮੈਚ ਛੱਡਦੇ ਨਹੀਂ ਕਰਵਾਏ ਜਾਣੇ, ਜੋ ਬਾਹਰ ਹੋ ਜਾਓ ਕਿਰਪਾ ਕਰਕੇ, ਉਹਨਾਂ ਦਾ ਬਹੁਤ ਬਹੁਤ ਸਤਿਕਾਰ ਕੀਤਾ ਜਾਊਗਾ। ਦੂਸਰਾ ਮੈਚ ਜੀ ਗਰਾਊਂਡ ਵਿੱਚ ਪੁੱਛਿਆ ਕਰੋ, ਕੋਰਡਲੈਸ ਮੈਚ ਜੀ ਤਾਰੀਆਂ ਮਾਰਦੇ ਪੁੱਛੇ ਨੇ ਲਾਲਾ ਤਲਵੰਡੀ ਭਾਈ ਦੀ ਧਰਤੀ ਦਾ ਲੰਘੇ ਗਏ, ਇਸੇ ਪਿੰਡ ਦਾ ਮਾਣ ਹੈ ਲਾਲਾ ਤਲਵੰਡੀ ਭਾਈ ਦੀ ਧਰਤੀ ਦਾ, ਕਹਿੰਦੇ ਮੱਥੇ ਦੇ ਨਾਲ ਵੀ ਪੁੱਛਿਆ ਫਿਰ ਮੈਦਾਨ ਵਿੱਚ। ਜਿਨ੍ਹਾਂ ਦਾ ਜੇਕਰ ਮੈਂ ਗਿਣ ਲੱਗ ਜਾਵਾਂ ਮਾਨ ਸਨਮਾਨ ਦੀ ਗੱਲ, ਪਰਮਜੀਤ ਸਿੰਘ ਜੀ ਅੱਪਾ ਜੀ ਮਾੜਾ ਜਿਹਾ ਇੱਥੇ ਆਈ ਕਾਸ ਇਹਨਾਂ ਜੀ ਦਿਓ, ਮਾਲੇ ਦੀ ਟੀਮ ਬਹੁਤ ਪਿਆਰੀ ਸ਼ਖਸੀਅਤ ਹੈ, ਵੇਖੋ ਯਾਰ ਜਿੱਧਰ ਨੂੰ ਜਾਂਦਾ ਇੱਕ ਵਾਰੀ ਜ਼ੋਰ ਦੇ ਤਾੜੀਆਂ ਮਾਰਦੇ ਲਾਲੇ ਦੇ ਲਈ, ਬਾਕੀ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਐਵੇਂ ਨੀ ਮੈਂ ਮਾਣ ਕਰਦੇ। ਹਾਂ ਇਹ ਹੈ ਮੇਰੇ ਵੀਰ ਪਰਮਜੀਤ ਸਿੰਘ ਹੋਣੇ ਵੱਡਾ ਮਾਣ, ਨਾਲ ਹੀ ਗਗਨ ਤੇ ਰਮਨ ਵੀ ਰਾਜਾ ਨੂੰ ਵਿਸ਼ੇਸ਼ ਸਨਮਾਨ, ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਬੇਟਿਆਂ ਵੱਲੋਂ ਵੀ ਨਜ਼ਾਰਾ ਹੈ, ਵਿਸ਼ੇਸ਼ ਸਨਮਾਨ। ਇਸ ਨੌਜਵਾਨ ਨੇ ਪੂਰੀ ਦੁਨੀਆਂ ਦੇ ਵਿੱਚ ਆਪਣੀ ਖੇਡ ਨੂੰ ਮੇਰੇ ਵੀਰ ਇੱਕ ਵੱਖਰਾ ਨਾਮ ਦਿੱਤਾ, ਜਦੋਂ ਵੀ ਇੱਕ ਵੱਖਰਾ ਨਾਮ ਦਿੱਤਾ। ਅੱਜ ਤਲਵੰਡੀ ਭਾਈ ਵਾਲਿਆਂ ਨੇ ਗੁਰਕੀਰਤ ਸੋਨਾ ਜੀ ਅਗਲੀਆਂ ਢਾਈਆਂ ਦੱਸੋ ਕਿਵੇਂ ਕੱਢੀਆਂ, ਪੱਪੂ ਬਰਾੜ ਜੀ ਜ਼ਿੰਮੇਵਾਰੀਆਂ ਸੱਤ ਜੀ ਸਾਹਿਬ ਨੂੰ, ਪਰਮਜੀਤ ਸਿੰਘ ਜੀ ਕੁਝ ਸਖਦੇਵ ਸੇਵੀ ਜੀ ਦੱਸੋ ਦੇ ਮੈਚ। ਹੈਲੋ, ਸਭ ਤੋਂ ਪਹਿਲਾਂ ਬੇਨਤੀ ਹੈ ਵੀ ਗਰਾਊਂਡ
ਖਾਲੀ ਖੱਤੇ ਪਿੱਛੇ ਹੋ ਗਏ ਮੇਰੇ ਵੀਰ ਗਰਾਊਂਡ ਤੋਂ। ਦਰਸ਼ ਵੀਰਾਂ ਨੂੰ ਬੇਨਤੀ ਹੈ ਲਾਈਨ ਜਿਹੜੀ ਹੈ 5 ਫੁੱਟ ਛੱਡ ਦਿੱਤੀ ਜਾਵੇ। ਦਰਸ਼ ਵੀਰਾਂ ਨੂੰ ਬੇਨਤੀ ਹੈ ਗਗਨ ਤੇ ਰਮਨ ਵੀ ਆਪਣਾ ਨਾਲ ਹੀ ਸਨਮਾਨ ਲੈਂਦਾ। ਸਵਰਗੀ ਸਰਦਾਰ ਬੇਅੰਤ ਸਿੰਘ ਜੀ ਬਿੱਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਉਹਨਾਂ ਦੇ ਪਰਿਵਾਰ ਵੱਲੋਂ ਦੋਹਾਂ ਵੀਰਾਂ ਦਾ ਮਾਣ ਕੀਤਾ ਜਾਣਾ ਹੈ। ਸਾਡੇ ਵੀਰ ਪ੍ਰਗਟ ਹੋਣੇ ਹਰਿੰਦਰ ਹੋਣੇ ਕਨੇਡਾ ਵਾਲੇ, ਜਿੱਥੇ ਲਾਲ ਸਿੰਘ ਲਾਲੇ ਦਾ ਗੁਰਜਦਾਰ ਸੋਨਾ ਕਾਲਸੀ ਜੀ ਮੇਰਾ ਵੀਰ ਸਾਡੇ ਕੋਲ ਸਟੇਜ ਤੇ ਆਵੇ। ਕਨੇਡੀਅਨ ਵੱਲੋਂ ਹਨੂਮਾਨ ਗੁਰਜ ਦੇ ਨਾਲ ਲਾਲਾ ਜੀ ਜਿਹੜੇ ਆਪਣੇ ਤਲਵੰਡੀ ਭਾਈ ਨੇ, ਜਿਹਨਾਂ ਨੇ ਦੇਸ਼ ਵਿੱਚ ਪੰਜਾਬ ਵਿੱਚ ਨਹੀਂ ਤਲਵੰਡੀ ਭਾਈ ਜੀ ਸਾਰੇ ਦੇਸ਼ ਵਿੱਚ ਨਾਂ ਰੋਸ਼ਨ ਕੀਤਾ, ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ। ਤੇ ਅੱਗੇ ਤੋਂ ਇਹ ਵੀ ਪੰਮੀ ਨੇ ਇਹਨਾਂ ਨੂੰ ਕਨੇਡਾ ਜਾਣ ਵਾਸਤੇ ਆਉਣ ਜਾਣ ਦੀ ਟਿਕਟ ਵੀ ਜਿਹੜੀ ਹੈ ਉਹ ਫ੍ਰੀ ਹੋਊਗੀ। ਉੱਥੇ ਵੀ ਸਾਰਾ ਖਰਚਾ ਪਰਮਜੀਤ ਦਾ ਹੋਊਗਾ, ਇਹਨਾਂ ਨੂੰ ਸਨਮਾਨ ਉੱਥੇ ਵੀ ਹੋਊਗਾ। ਤਾਂ ਮੈਂ ਵਾਧਾ ਸਟੇਟ ਦੇ ਹੈਲੋ ਸਤਪਾਲ ਜੀ ਆ ਫੜੀ ਦਲੇਵ ਲੱਲੇ ਆ ਭਾਈ ਕਾਲੀ ਨੂੰ ਸਨਮਾਨ ਦਿੰਦੇ ਹੋ, ਫੋਟੋ ਵਾਲੇ ਮੈਂ ਭੇਜ ਦਿਆਂ ਤੁਹਾਡੇ ਕੋਲ ਛੇੜਾ ਦੂਜਾ ਪਾਸਾ ਆਇਆ। ਸਮੁੱਚੇ ਪਰਿਵਾਰ ਦਾ ਦਰਬਾਰ ਜੀ ਹਾਂਜੀ 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 ਦਰਬਾਰ ਜੀ ਮੈਂ ਦਰਬਾਰ ਕੋਲ ਸਰਕਾਰ ਦੀ